ਮੁੰਡਾ ਨਹੀਂ ਆਇਆ ਜੀ ਟਿਊਸ਼ਨ ਤੋਂ, ਕੀ ਗੱਲ? ਤੇ ਹਮ ਤੇ 4 ਵੱਜ ਗਏ ਨੇ, ਸੋ ਮੈਂ ਤਾਂ ਆਪ ਡੀਕਣ ਡਈ। ਆਉਣਾ ਚਾਹੀਦਾ ਹੈ ਉਹਨੂੰ, ਅੱਗੇ ਤਾਂ ਆਉਂਦਾ ਹੁੰਦਾ ਇੱਕ ਵੇਲੇ ਨਾ, ਹਨਾ? ਆ ਅੱਗੇ ਆ ਜਾਂਦਾ ਹੈ ਹੁਣ। ਹਾਂਜੀ ਹਾਂਜੀ, ਉਹਨਾਂ ਨੂੰ ਲੈ ਜਾਣਾ ਸੀ ਦਵਾਈ ਲਿਆਉਣੀ ਸੀ। ਜਿੰਦੇ ਨੂੰ? ਹਾਂਜੀ। ਇੱਦਾਂ ਕਰੋ, ਉਹਨੂੰ ਕੱਪੜਾ ਕੁਪੜਾ ਪਾਓ ਕੋਈ। ਕੱਪੜੇ ਤਾਂ ਉਹਨਾਂ ਨੇ ਪਾਏ ਹੀ ਆ, ਤੇ ਤੁਸੀਂ ਨਾ ਜੋ ਕਾਲੇ ਪਏ ਆ। ਚੱਲ ਮੈਂ ਆਉਣਾ। ਹਾਂਜੀ ਹਾਂ, ਵਿਖਾ ਲਿਆ ਹੈ, ਵਿਖਾ ਲੈਂਦੇ ਵਿਖਾ ਲੈਂਦੇ, ਚੱਲਦੇ ਹਾਂ। ਹੁਣ ਕਿੱਥੇ ਖੜਨਾ ਜਿੰਦੇ ਨੂੰ? ਕੋਈ ਹਸਪਤਾਲ ਖੜਨਾ ਉਹਨੂੰ, ਮੈਂ ਵਿਖਾ ਕੇ ਲਿਆਉਂਦੇ ਹਾਂ ਡਾਕਟਰ ਨੂੰ ਵੀ ਕੀ ਗੱਲ। ਮੈਂ ਚੱਲਿਆ ਵਾ, ਹੈਂ ਜਾਓ, ਮੈਂ ਲੈ ਜਾ ਉਹਨੂੰ ਫਿਰ। ਜਿੰਦੇ? ਹਾਂਜੀ ਵੀਰ ਜੀ। ਚੱਲੀਏ ਫਿਰ ਹਸਪਤਾਲ? ਹਾਂਜੀ ਚਲੋ। ਹੈ ਚਲੋ ਚਲੋ, ਚੱਲ ਉੱਠ ਫਿਰ। ਆ ਜਾ। ਫੜ ਲਈ ਮੈਨੂੰ, ਡਿੱਗ ਨਾ ਪਈ ਕਿਤੇ। ਹਾਂਜੀ ਹਾਂਜੀ, ਜੱਫਾ ਪਾਲਾ ਘੁੱਟ ਕੇ। ਹਾਂ ਤੂੰ ਬਸ ਨਾ ਇੱਥੋਂ ਆ, ਜੱਫਾ ਨਹੀਂ ਛੱਡਣਾ। ਚੰਗਾ ਜੀ। ਹਾਂ ਉਹ ਨਾ ਇੱਕ ਦਿਨ ਨੂੰ ਡਿੱਗ ਪਏ ਮਗਰੋਂ, ਕੰਮ ਖਰਾਬ ਹੋ ਜਾਏ ਹੋਰ। ਕੰਮ ਥੋੜਾ ਜ਼ਿਆਦਾ ਸੀ ਸਕੂਲ ਦਾ ਤਾਂ ਕਰਕੇ। ਅੱਛਾ, ਡੈਡੀ ਕਿੱਥੇ ਆ? ਡੈਡੀ ਗਿਆ ਤੇਰੇ ਚਾਚੀ ਨਾਲ ਲੈ ਕੇ ਦਵਾਈ ਦਵਾਉਣ। ਅੱਛਾ ਅੱਛਾ, ਚਲ ਕੋਈ ਨਹੀਂ, ਤੇ ਮੈਨੂੰ ਰੋਟੀ ਦੋ ਲਿਆ ਕੇ। ਲਿਆ ਦੇ, ਕੋਈ ਛੇਤੀ ਲਿਆ, ਮੈਨੂੰ ਭੁੱਖ ਬੜੀ ਲੱਗੀ ਆ, ਅੱਜ ਮੈਂ ਉੱਤੋਂ ਲੇਟ ਹੋ ਗਿਆ ਵਾਂ, ਤੇ ਰੋਟੀ ਵੀ ਮੇਰੇ ਨਾਲ ਮੁੰਡੇ ਸੀ ਜਿਹੜੇ ਉਹਨਾਂ ਖਾ ਲਈ। ਮੰਮੀ ਇੱਕ ਦੋ ਚੈਨਲ ਚੱਲਣ ਡੇ ਯਾਰ, ਕਾਰਡ ਹੀ ਪਾ ਦੋ, ਸਾਰੇ ਚੈਨਲ ਬੰਦ ਹੋ ਗਏ ਆ। ਚੱਲ ਕੋਈ ਨੀ ਪੁੱਤ, ਕਾਰਡ ਤਾਂ ਪਵਾ ਦਾਂਗੇ, ਤੇਰਾ ਡੈਡੀ ਨੀਗਾ ਇੱਥੇ, ਤੇ ਜਾਣ ਡੰਗਰਾਂ ਨੂੰ ਕੋਈ ਪਾਣੀ ਧਾਣੀ ਡਾਲ। ਨਹੀਂ ਮੈਂ ਹੁਣ ਪੜ੍ਹ ਲੱਗਾ ਵਾ, ਮੈਨੂੰ ਨੀ। ਠੀਕ ਆ।
ਜਦੋਂ ਕੰਮ ਕਰੀਦਾ ਉਦੋਂ ਬਸ ਤੁਹਾਨੂੰ ਕੋਈ ਬਹਾਨਾ ਲੱਭਣਾ ਚਾਹੀਦਾ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਪੁੱਤ। ਬਹਿ ਜਾਓ ਤੇ ਮੇਰੀ ਗੱਲ ਸੁਣ। ਆਪਣੇ ਡੈਡੀ ਨੂੰ ਫੋਨ ਲਾਉਣਾ, ਹਜੇ ਤੱਕ ਆਏ ਨੀ ਗੇ। ਆ ਜਾਂਦੇ ਕੋਈ ਨੀ, ਪਤਾ ਨੀ ਮੈਨੂੰ ਤਾਂ ਟੈਨਸ਼ਨ ਲੱਗੀ ਹੈ, ਪਤਾ ਨੀ ਉਹਨਾਂ ਨੇ ਕੀ ਦੱਸ ਦੇਣਾ। ਉਹ ਨਹੀਂ ਨਹੀਂ ਕੋਈ ਨੀ, ਉਹ ਹੋ ਜਾਂਦਾ ਹੁੰਦਾ ਕਈ ਵਾਰੀ, ਕੋਈ ਗੱਲ ਨੀ ਆ। ਨਹੀਂ ਨਾ ਤੇਰੇ ਚਾਚੇ ਨੂੰ ਪੁੱਤ ਦੇਖਦਾ ਨੀ ਆ, ਤੇ ਕੀ ਪਤਾ ਮੈਨੂੰ ਟੈਨਸ਼ਨ ਲੱਗੀ ਆ ਭੈਣ ਜੀ, ਮੈਨੂੰ ਬਹੁਤ ਟੈਨਸ਼ਨ ਹੋਣ ਡਈ ਆ, ਇੰਨਾ ਚਿਰ ਥੋੜੀ ਲੱਗਣਾ ਸੀ। ਨਹੀਂ ਫੋਨ ਨੀ ਕੀਤਾ ਭਾਜੀ ਦੇ ਦੇ ਲੈ। ਨਹੀਂ ਹਜੇ ਨੀ ਗਾ ਕੀਤਾ, ਤੇ ਮੈਨੂੰ ਤਾਂ ਇਹ ਕਹਿਣੀ ਮੈਂ ਫੋਨ ਲਾ ਕੇ ਪੁੱਛ ਭਲਾ। ਲਾ ਕੋਈ ਨੀ ਆਉਣ ਹੀ ਵਾਲੇ ਆ ਯਾਰ, ਮੈਂ ਨਾ ਮੈਨੂੰ ਕੰਮ ਹੀ ਮਾੜਾ ਜਿਹਾ, ਮੈਂ ਆਇਆ ਤੇ ਤੁਸੀਂ ਬੈਠੋ। ਨਿਆਣੇ ਏਡੇ ਲਾਪਰਵਾਹ ਹੁੰਦੇ ਆ ਨਾ, ਮੈਂ ਕਹੀ ਜਾਂਦੀ ਵੀ ਫੋਨ ਲਾ ਤੇ ਗਾਲੀ ਕੋਈ ਨੀ ਕਰੀ ਜਾਂਦਾ। ਨਿਆਣਾ ਤੈਨੂੰ ਪਤਾ ਹੀ ਆ, ਨਿਆਣੇ ਦੇ ਤਾਂ ਕੰਮ ਇਸ ਤਰ੍ਹਾਂ ਦੇ ਹੁੰਦੇ। ਭੈਣ ਜੀ ਮੈਨੂੰ ਤਾਂ ਬੜੀ ਟੈਨਸ਼ਨ ਲੱਗੀ ਆ, ਪਤਾ ਨੀ ਉਹਨਾਂ ਨੇ ਕੀ ਦੱਸ ਦੇਣਾ। ਚੱਲ ਕੋਈ ਨੀ, ਹੁਣ ਤੂੰ ਟੈਨਸ਼ਨ ਨਾ ਲੈ, ਆ ਜਾਣਾ ਤੇਰੇ ਭਾਜੀ ਨੇ ਤਾਂ ਦੱਸਦੇ ਆ ਆਣ ਕੇ ਵੀ ਕੀ ਦੱਸਿਆ ਵਾ ਡਾਕਟਰ ਨੇ। ਬੈਠੀ ਉਹ ਬੈਠ ਤੇ ਬੈਠਾ ਹੋਣੀ ਠੀਕ ਆ। ਹਾਂਜੀ ਠੀਕ। ਚੱਲ ਕਰ ਥੋੜੀ ਜਿਹੀ ਰੈਸਟ ਫਿਰ। ਹੈ ਕੀ ਕਹਿੰਦਾ ਵੀਰ ਜੀ ਡਾਕਟਰ? ਡਾਕਟਰ ਕਹਿੰਦਾ ਹੋ ਜੂਗਾ ਠੀਕ। ਹੈ ਮੈਂ ਹੋ ਜੂਗਾ ਠੀਕ? ਆਹੋ ਫਿਕਰ ਵਾਲੀ ਗੱਲ ਨਹੀਂ ਕੋਈ, ਉਹ ਕਹਿੰਦਾ ਹੋ ਜਾਣਾ ਠੀਕ, ਕੋਈ ਨਹੀਂ ਤੇ ਕੋਈ ਗੱਲ ਨਹੀਂ। ਹੈ ਠੀਕ। ਹਾਂ ਫਿਕਰ ਨਾ ਕਰੀ ਕਿਸੇ ਗੱਲ ਦਾ, ਚੱਲ ਬਹਿ ਫਿਰ। ਚੰਗਾ। ਮੈਂ ਤਾਂ ਇਦਾਂ ਦਿਲ ਬੜਾ ਘਬਰਾਉਣ ਡਿਆ ਵਾ, ਤੁਸੀਂ ਛੇਤੀ ਦੱਸੋ। ਕੀ ਦੱਸਾਂ ਤੈਨੂੰ, ਡਾਕਟਰ ਕਹਿੰਦਾ ਵੀ ਇਹਦੀ ਨਜ਼ਰ ਜਿਹੜੀ ਆ ਨਾ ਉਹ ਹੁਣ ਸਾਰੀ ਉਮਰ ਨਹੀਂ ਆਉਣੀ। ਚੱਲ ਰੋ ਨਾ ਤੂੰ, ਹੁਣ ਕੋਈ ਗੱਲ ਨੀ, ਜੋ ਮਹਾਰਾਜ ਨੂੰ ਮਨਜ਼ੂਰ ਆ ਹੁਣ ਦੱਸ ਬੰਦਾ ਕੀ ਕਰ ਸਕਦਾ। ਮੈਂ ਤਾਂ ਕਿਹਾ ਜਿੰਨੇ ਮਰਜ਼ੀ ਪੈਸੇ ਲੱਗ ਜਾਣ ਅਸੀਂ ਇਲਾਜ ਕਰਾ ਲੈਂਦੇ ਹਾਂ ਇਹਦਾ, ਉਹ ਕਹਿੰਦਾ ਵੀ ਨਹੀਂ ਇਹ ਠੀਕ ਨਹੀਂ ਹੋਣੀ, ਜਿੱਥੇ ਮਰਜ਼ੀ ਲੈ ਜਾਓ ਇਹਨੂੰ, ਭਾਵੇਂ ਚੰਡੀਗੜ੍ਹ ਲੈ ਜਾਓ ਭਾਵੇਂ ਦਿੱਲੀ ਲੈ ਜਾਓ ਜਿੱਥੇ ਮਰਜ਼ੀ ਲੈ ਜਾਓ, ਪਰ ਇੱਕ ਕੰਮ ਕਰਿਓ ਹੁਣ ਉਹਨੂੰ ਨਾ ਦੱਸਿਓ। ਰਾਜ ਮੈਨੂੰ ਪੁੱਛਦਾ ਆਇਆ ਵਾ ਵੀ ਡਾਕਟਰ ਨੇ ਕੀ ਕਿਹਾ ਵਾ, ਮੈਂ ਕਿਹਾ ਡਾਕਟਰ ਨੇ ਕਿਹਾ ਠੀਕ ਹੋ ਜਾਣਾ ਵਾ, ਉਹਨੂੰ ਹੁਣ ਮੈਂ ਕੀ ਕਹਿੰਦਾ। ਆਪ ਸਿਆਣਾ ਕਿੱਦਾਂ ਜ਼ਿੰਦਗੀ ਲੰਘੂਗੀ? ਕੋਈ ਨੀ ਅਸੀਂ ਤੇਰੇ ਨਾਲ ਹੀ ਹਾਂ, ਅਸੀਂ ਚੱਲ ਜਾਣਾ ਕਿਤੇ, ਅਸੀਂ ਸਾਰੇ ਤੇਰੇ ਨਾਲ ਹੀ ਹਾਂ। ਤੁਹਾਨੂੰ ਪਤਾ ਆਦਮੀ ਦਾ ਬੜਾ ਆਸਰਾ ਹੁੰਦਾ ਲੱਗੇ। ਤੂੰ ਫਿਕਰ ਨਾ ਕਰੀ, ਕੋਈ ਨੀ ਹੁਣ ਕੀ ਕਰਨਾ, ਹੁਣ ਰੱਬ ਅੱਗੇ ਤੇ ਕੋਈ ਜ਼ੋਰ ਨੀਗਾ। ਮੈਂ ਤੇ ਡਾਕਟਰ ਨੂੰ ਕਿਹਾ ਵੀ ਕੋਈ ਗੱਲ ਨੀ ਅਸੀਂ ਲੈ ਜਾਂਦੇ ਹਾਂ ਕਿਤੇ ਹੋਰ ਕਿਤੇ ਤੇ ਇਲਾਜ ਕਰਾ ਲੈਂਦੇ ਹਾਂ ਚੰਗੇ ਤਾਂ, ਉਹ ਆਂਦਾ ਜਿੱਥੇ ਮਰਜ਼ੀ ਲੈ ਜਾਓ। ਕੀ ਕਰੀਏ ਦੱਸ ਹੁਣ, ਮੈਨੂੰ ਤੇ ਆਪ ਬੜਾ ਦੁੱਖ ਵਾ, ਮੇਰਾ ਭਰਾ ਵਾ ਛੋਟਾ, ਕਿੰਨਾ ਨਿੱਕਾ ਮੇਰੇ ਤੋਂ, ਤੇ ਵਿਚਾਰਾ ਵੱਜੀ ਹੋ ਕੇ ਬਹਿ ਗਿਆ, ਉਹ ਨਿੱਕਾ ਭਰਾ ਸੀ ਮੇਰਾ, ਅੱਖਾਂ ਤੋਂ ਰਹਿ ਗਿਆ ਵਿਚਾਰਾ, ਮੈਨੂੰ ਤਾਂ ਬਹੁਤ ਦੁੱਖ ਆਉਣ ਡਿਆ ਉਹਦਾ। ਚਲੋ ਕੋਈ ਗੱਲ ਨੀ ਬਲਜੀਤ, ਤੂੰ ਫਿਕਰ ਨਾ ਕਰ, ਅਸੀਂ ਤੇਰੇ ਨਾਲ ਹੀ ਹਾਂ।
ਠੀਕ ਆ ਮਾਮਾ ਦੀਦੀ, ਹੁਣ ਤੁਹਾਨੂੰ ਪਤਾ ਮੈਂ ਕੁਛ ਕਹਿ ਹੀ ਨਹੀਂ ਸਕਦੀ, ਕੁਛ ਕਹਿਣ ਨੂੰ ਹੈ ਹੀ ਨਹੀਂ। ਹੁਣ ਉਹਨੂੰ ਨਾ ਇਕੱਲਾ ਨਹੀਂ ਛੱਡਣਾ, ਤੇ ਘਰ ਜ਼ਰੂਰ ਰਿਹਾ ਕਰਨਾ, ਘੱਟ ਤੋਂ ਘੱਟ ਇੱਕ ਦੋਵਾਂ ਜਾਣੇ ਨਹੀਂ ਹੁੰਦਾ ਭਾਈ। ਚੰਗੀ ਤਰ੍ਹਾਂ ਪੁੱਛਣਾ ਨਹੀਂ ਡਾਕਟਰ ਨੂੰ, ਕਿਤੇ ਕੁਛ ਹੋ ਸਕੇ। ਮਾੜੀ ਜਿਹੀ ਲੈਟ ਹੀ ਤੇ ਪਈ ਆ ਉਹ ਮਿਲਣ ਦੀ, ਇੱਦਾਂ ਹੋ ਸਕਦਾ ਕਦੀ? ਮੈਨੂੰ ਲੱਗਦਾ ਡਾਕਟਰ ਝੂਠ ਬੋਲਦੇ ਆ। ਕੋਈ ਕਰਮਾ ਦੀ ਗੱਲ ਆ, ਕੀ ਕਰ ਸਕਦੇ ਆ ਦੱਸ। ਮੈਂ ਉਹ ਸਾਰੀਆਂ ਰਿਪੋਰਟਾਂ ਵੀ ਲਿਆਂਦੀਆਂ, ਮੈਂ ਤੈਨੂੰ ਵਿਖਾ ਦਾਂਗਾ, ਜਿਹਨੂੰ ਮਰਜ਼ੀ ਡਾਕਟਰ ਨੂੰ ਪੜਾ ਲਿਓ ਜਾ। ਨਹੀਂ ਤੇ ਤੁਸੀਂ ਹੋਰ ਹੀ ਕਿਤੇ ਡਾਕਟਰ ਕੋਲ ਲੈ ਜਾਓ, ਕਿੱਦਾਂ ਹੁੰਦਾ ਕੋਈ ਹੋਰ ਕੋਲ ਸਹੀ ਦੱਸ ਦੇ ਸਾਨੂੰ। ਚਲੋ ਵੇਖ ਲਾਂਗੇ, ਜੇ ਨਹੀਂ ਤਸੱਲੀ ਵਾਲੀ ਗੱਲ ਤਾਂ ਹੋਰ ਕਿਤੇ ਵਿਖਾ ਲਾਂਗੇ, ਉਹ ਤਾਂ ਕੋਈ ਗੱਲ ਨਹੀਂ। ਪਰ ਡਾਕਟਰ ਨੇ ਝੂਠ ਥੋੜ੍ਹਾ ਬੋਲਣਾ, ਉਹਦੀ ਕਿਹੜੀ ਸਾਡੇ ਨਾਲ ਕੋਈ ਦੁਸ਼ਮਣੀ ਹੈ। ਵੇਖ ਲਓ ਕਿੱਦਾਂ ਗਈ ਆ, ਸਵੇਰ ਦੇ ਗਏ ਸੀ ਨਾਲ ਲੈ ਕੇ, ਕੋਈ ਹੈਗਾ ਅਸਰ ਉਹਦੇ ਮਨ ਤੇ? ਡੈਡੀ ਇਹਦਾ ਕੁੰਡਾ ਪਿਓ ਪੁੱਤ ਖਵਾਲੀ ਜਾਏ, ਉਹ ਕਮਾ ਕੇ ਇਹਨਾਂ ਨੂੰ ਕੀ ਹੋਇਆ ਚਾਚੇ ਨੂੰ? ਉਹ ਤੂੰ ਦੱਸ ਹੁਣ ਕੀ ਆ ਓਏ। ਮੈਂ ਪੁੱਛਿਆ ਹੀ ਆ, ਅੱਖਾਂ ਚੱਲ ਗਈਆਂ ਉਹਦੀਆਂ ਦੋਵੇਂ, ਡਾਕਟਰ ਨੇ ਜਵਾਬ ਦੇ ਦਿੱਤਾ ਨਜ਼ਰ ਨਹੀਂ ਠੀਕ ਹੋਣੀ। ਅੱਛਾ ਉਹ ਕੋਈ ਨੀ, ਚੱਲ ਕੋਈ ਨੀ, ਉਹ ਰੱਬ ਤੋਂ ਡਰੋ ਥੋੜਾ ਬਹੁਤਾ, ਤੂੰ ਬੋਲਣੀ ਕਿੱਦਾਂ ਵਾ? ਆਜੂਗਾ ਮਾਨ, ਤੁਸੀਂ ਬਹੁਤੀ ਦਿਲ ਤੇ ਲਾ ਲਈ ਏ। ਮੈਂ ਲਾਉਣੀ ਨੀ, ਮੇਰਾ ਭਰਾ ਵਾ, ਤੁਸੀਂ ਹੁਣੇ ਡੈ ਪਿਓ ਇੱਦਾਂ ਕਰਨਾ, ਗਾਂ ਇੰਨੀ ਉਮਰ ਉਹਦੀ ਕਿੱਦਾਂ ਲੰਘਣੀ ਹੈ। ਗਏ ਸੀ ਸਵੇਰ ਦੇ, ਕੋਈ ਕੀਤਾ ਕੋਈ ਹੈ ਅਸਰ ਹੋਇਆ ਵੀ ਵਾਕਿਆ ਮੇਰਾ ਜੇਠ ਗਿਆ ਲੈ ਕੇ? ਕਾਹਦਾ ਉਹਨੂੰ ਅਸਰ ਹੋਣਾ, ਉਹਨੇ ਨਾਮ ਦੇਣਾ ਮੈਨੂੰ ਕੋਈ ਖਾਣਾ ਦਾ? ਉਦਾਂ ਹੀ ਹੁੰਦਾ ਵਾ ਵੀ ਉਹ ਬਸ ਉਹ ਹੀ ਸਹੀ ਆ, ਇਹ ਗਲਤੀ ਕਹਿੰਦੇ ਆ ਮੇਰਾ ਆਪਣਾ ਪਰਿਵਾਰ। ਨਹੀਂ ਮੇਰਾ ਭਰਾ ਸੀ, ਮੈਂ ਖੜਦਾ ਨੀ ਉਹਨੂੰ, ਮੇਰਾ ਨੀ ਫਰਜ਼ ਬਣਦਾ ਉਹਨੂੰ ਖੜਾ, ਕਿਹਨੇ ਖੜਦਾ ਉਹਨੂੰ? ਅਜੇ ਤਾਂ ਭਾਅ ਜੀ ਬੜਾ ਹੌਂਸਲਾ ਦੇਣ ਡੇ ਆ, ਪਰ ਜ਼ਿੰਦਗੀ ਤਾਂ ਬੜੀ ਲੰਮੀ ਆ, ਗਾਂ ਗਾਂ ਕਿਹਨੇ ਸਾਥ ਦੇਣਾ ਵਾ। ਬੜੀ ਮੁਸ਼ਕਿਲ ਗੱਲ ਆ, ਜ਼ਿੰਦਗੀ ਬੜੀ ਔਖੀ ਹੋ ਗਈ ਆ ਹੁਣ। ਹੁਣ ਭਾਅ ਜੀ ਵੀ ਕਹਿਣ ਡੇ ਵੀ ਉਹਨੂੰ ਨਾ ਦੱਸਿਓ, ਜੇ ਨਾ ਉਹਨਾਂ ਨੂੰ ਦੱਸਿਆ ਉਹਨਾਂ ਨੇ ਮੈਨੂੰ ਪੁੱਛਣਾ ਤਾਂ ਮੈਂ ਕਿੱਦਾਂ ਦੱਸੂੰਗੀ, ਅਤੇ ਜੇ ਨਾ ਦੱਸਿਆ ਤਾਂ ਮੈਂ ਇਕੱਲੀ ਨੇ ਟੈਨਸ਼ਨ ਲੈ ਕੇ ਮਰ ਜਾਣਾ। ਹਜੇ ਤਾਂ ਕਹਿਣ ਡੇ ਵੀ ਸਾਥ ਦੇਵਾਂਗੇ, ਮੁੜ ਕੇ ਕੋਈ ਨਹੀਂ ਦਿੰਦਾ ਹੁੰਦਾ ਸਾਥ, ਇਹ ਗੱਲਾਂ ਝੂਠੀਆਂ। ਆਦਮੀ ਆਦਮੀ ਆ, ਜੋ ਆਦਮੀ ਨੇ ਜਗ੍ਹਾ ਲੈ ਲੈਣੀ ਹੋਰ ਕਿਸੇ ਨੇ ਨਹੀਂ ਲੈਣੀ। ਕਮਾਈ ਚੰਗੇ ਭਲੇ ਕਮਾਈ ਕਰਦੇ ਸੀ, ਹੁਣ ਬਹਿ ਗਏ ਘਰ, ਹੁਣ ਸਾਨੂੰ ਕਿੰਨੇ ਖਵਾਲਣੀ ਆ।